ਮਨਜਿੰਦਰ ਸਿੰਘ ਸਚਦੇਵਾ ਕੀ ਵਜ੍ਹਾ ਪੈ ਗਈ ਜੀ ਅੱਜ ਆਰਤੀ ਕਰ ਰਹੇ ਹੋ ਮੋਦੀ ਸਰਕਾਰ ਦੀ ਫੋਟੋ ਲਗਾ ਕੇ ਤੇ ਮਿੱਤ ਸ਼ਾਹ ਅਸੀਂ ਅੱਜ ਟਿੱਕੇ ਦਾ ਦਿਨ ਹੈ ਤੇ ਟਿੱਕਾ ਲਾਇਆ ਜੀ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਨੂੰ ਸਾਡੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨੂੰ ਸਾਡੇ ਸਟੀਲ ਮਿਨਿਸਟਰ ਨੂੰ ਅਸੀਂ ਟਿੱਕਾ ਲਾਇਆ ਤੇ ਟਿੱਕਾ ਲਾ ਕੇ ਅਸੀਂ ਇਹ ਰਿਕੁਐਸਟ ਕਰਦੇ ਹਾਂ ਕਿ ਗਵਰਨਮੈਂਟ ਦਾ MSME ਇੰਡਸਟਰੀ ਦਾ ਧਿਆਨ ਰੱਖਣ ਪ੍ਰਾਈਸਿਸ ਬਿਫੋਰ ਕੋਵਿਡ ਤਾਂ ਆਫਟਰ ਕੋਵਿਡ ਬਹੁਤ ਜ਼ਿਆਦਾ ਵੱਧ ਗਈ ਹੈ ਜਿਹਦੇ 'ਚ ਸਟੀਲ ਨੂੰ ਲਓ ਨਿਕਲ ਨੂੰ ਲਓ ਜ਼ਿੰਕ ਨੂੰ ਲਓ ਪਲਾਸਟਿਕ ਨੂੰ ਲਓ ਪੇਂਟ ਨੂੰ ਲਓ ਕਿਹੜੀ ਕਿਹੜੀ ਚੀਜ਼ ਗਿਣਾਵਾਂ ਮੈਂ ਉਹ ਹਰ ਚੀਜ਼ ਜਿਹੜੀ ਹੈਗੀ ਹੈ ਜਦ ਤੱਕ ਰੈਗੂਲੇਟਰੀ ਕਮਿਸ਼ਨ ਨਹੀਂ ਬਣੇਗੀ ਪ੍ਰਾਈਸਿਸ ਕੰਟਰੋਲ ਨਹੀਂ ਹੋਣਗੀਆਂ ਤਦ ਤੱਕ ਇੰਡਸਟਰੀ ਪਨਪ ਨਹੀਂ ਸਕੇਗੀ ਪੰਡਤ ਨੂੰ ਬੁਲਾ ਕੇ ਅੱਜ ਆਰਤੀ ਕਰਾਈ ਆ ਜੀ ਘੰਟੀਆਂ ਵਜਾਈਆਂ ਜਾ ਰਹੀਆਂ ਐਸੇ ਗਾਂਧੀਗਿਰੀ ਹੈ ਜੀ ਅਸੀਂ ਤਾਂ ਰਿਕੁਐਸਟ ਕਰ ਰਹੇ ਹਾਂ ਪਿਆਰ ਨਾਲ ਗਵਰਨਮੈਂਟ ਨੂੰ ਰਿਕੁਐਸਟ ਕਰ ਰਹੇ ਹਾਂ ਕਿ ਸਾਡੀ ਆਵਾਜ਼ ਸੁਣੀ ਜਾਵੇ ਸ਼ਾਇਦ ਸਾਡੀ ਗਵਰਨਮੈਂਟ ਆਵਾਜ਼ ਸੁਣ ਲਵੇ ਚਾਰ ਦਿਨ ਤੋਂ ਤੁਸੀਂ ਮਤਲਬ ਗਾਂਧੀਗਿਰੀ ਨਹੀਂ ਕੀਤੀ ਪੰਜਵਾਂ ਦਿਨ ਹੈ ਜੀ ਪੰਜਵਾਂ ਦਿਨ ਚਾਰ ਦਿਨ ਕੀਤੀ ਅੱਜ ਗਾਂਧੀਗਿਰੀ ਤੋਂ ਉੱਤਰ ਆਏ ਇਹ ਜਿਵੇਂ ਹੋਰ ਮੁਹਿੰਮ ਹੈ ਵਧੇਗਾ ਤੇ ਕੱਲ ਨੂੰ ਜਦੋਂ ਲੇਬਰ ਵੀ ਇੱਥੇ ਆ ਜਾਏਗੀ ਤਾਂ ਅਸੀਂ ਚਾਹੁੰਦੇ ਹਾਂ ਵੀ ਉਹ ਚੀਜ਼ਾਂ ਨਾ ਹੋਣ ਤਾਂ ਉਸ ਤੋਂ ਪਹਿਲੇ ਹੀ ਗਵਰਨਮੈਂਟ ਦੀ ਅੱਖਾਂ ਖੁੱਲ ਜਾਣ MSME ਇੰਡਸਟਰੀ ਨੂੰ ਬਚਾ ਲੈਣ ਅਨਇੰਪਲੋਇਮੈਂਟ ਨੂੰ ਕੰਟਰੋਲ ਕਰ ਲੈਣ ਕੀ ਲੱਗਦਾ ਆਮ ਲੋਕ ਵੀ ਪਰੇਸ਼ਾਨ ਆ ਉਧਰੋਂ ਤੁਸੀਂ ਵੀ ਇੰਡਸਟਰੀ ਵੀ ਪਰੇਸ਼ਾਨ ਆ ਕੀ ਵਜ੍ਹਾ ਰਹੀ ਕੇਂਦਰ ਸਰਕਾਰ ਉਹਦੇ ਗੱਲ ਕਿਉਂ ਨਹੀਂ ਬੋਲ ਰਹੇ ਇਹ ਸਰਕਾਰ ਦੀ ਕੋਈ ਮਜਬੂਰੀ ਹੋਏਗੀ ਸਾਨੂੰ ਪਤਾ ਨਹੀਂ ਉਹਨਾਂ ਦੇ ਐਡਵਾਈਜ਼ਰ ਨੂੰ ਰਿਕੁਐਸਟ ਕਰਨੇ ਆ ਕਿ ਐਕਚੁਅਲੀ ਗਰਾਊਂਡ ਲੈਵਲ ਤੇ ਆ ਕੇ ਦੇਖਣ ਇਸ ਵੇਲੇ ਬਹੁਤ ਮਜਬੂਰੀਆਂ ਹੈਗੀਆਂ ਅਸੀਂ ਈਵਨ ਦੀਵਾਲੀ ਨਹੀਂ ਮਨਾ ਸਕੇ ਅਸੀਂ ਵਿਸ਼ਕਰਮਾ ਡੇ ਨਹੀਂ ਮਨਾ ਸਕੇ ਤੁਹਾਨੂੰ ਪਤਾ ਕੰਟੀਨਿਊਸਲੀ ਅਸੀਂ ਇੱਥੇ ਸੀਗੇ ਅੱਜ ਸਾਡੀਆਂ ਭੈਣਾਂ ਘਰ ਆਈਆਂ ਹੋਈਆਂ ਤਾਂ ਅਸੀਂ ਇੱਥੇ ਬੈਠੇ ਇਹਨਾਂ ਨੂੰ ਤਲੇ ਤਿਲਕ ਲਾ ਰਹੇ ਹਾਂ ਕਿ ਸਾਡੀ ਇੰਡਸਟਰੀ ਬਚ ਜਾਣ ਅਸੀਂ ਸਾਡੀਆਂ ਫੈਮਲੀਆਂ ਬਚ ਜਾਣ ਸਾਡੇ ਜਿਹੜੇ ਐਮਪਲੋਈਜ਼ ਹੈਗੇ ਨੇ ਉਹ ਬਚ ਜਾਣ ਕਿਉਂਕਿ ਇੱਕ ਇੱਕ ਫੈਕਟਰੀ ਦੇ ਨਾਲ 50-50 100-100 ਬੰਦੇ ਜੁੜੇ ਹੋਏ ਨੇ ਉਹ ਸਾਰੇ ਅਨਇੰਪਲੋਈ ਹੋ ਜਾਣਗੇ ਜਿਹੜਾ ਮਾਲ ਦਾ ਆਰਡਰ ਸਾਨੂੰ ਅਸੀਂ 1 ਰੁਪਏ ਦੇ ਵਿੱਚ ਫੜਿਆ ਹੋਇਆ ਹੈ ਤਾਂ ਸਾਨੂੰ ਜੇ ਉਹ 1.5 ਰੁਪਏ ਘਰ ਹੀ ਪੈ ਰਿਹਾ ਤਾਂ ਅਸੀਂ ਕਿਵੇਂ ਭੁਗਤਾ ਪਾਵਾਂਗੇ ਜੇ ਅਸੀਂ ਨਹੀਂ ਭੁਗਤਾਉਂਦੇ ਸਾਡੀ ਮਾਰਕੀਟ ਖਰਾਬ ਹੁੰਦੀ ਹੈ ਜੇ ਭੁਗਤਾਨੇ ਆ ਤਾਂ ਸਾਨੂੰ ਲਾਸ ਹੁੰਦਾ ਭਾਈ ਰਿਟਰਨ 'ਚ ਮੇਲ ਮੂਲ ਕੀਤੀ ਆ ਕੇਂਦਰ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਚਿੱਠੀਆਂ ਵੀ ਅਸੀਂ ਲਿਖੀਆਂ ਸਟੀਲ ਇੰਡਸਟਰੀ ਨੂੰ ਵੀ ਚਿੱਠੀ ਲਿਖੀ ਪ੍ਰਾਈਮ ਮਿਨਿਸਟਰ ਨੂੰ ਵੀ ਚਿੱਠੀ ਲਿਖੀ ਹੋਈ ਹੈ ਉਹ ਚਿੱਠੀ ਦੀ ਕਾਪੀ ਅਸੀਂ ਤੁਹਾਨੂੰ ਦੇ ਦੇਵਾਂਗੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਨਹੀਂ ਸੁਣਿਆ ਤਾਂ ਅਲਟੀਮੇਟਲੀ ਸਾਨੂੰ ਪੁੰਜੇ ਬੈਠਣਾ ਪਿਆ ਹੁਣ ਅਗਲਾ ਸੰਘਰਸ਼ ਕੀ ਰਹੂਗਾ ਆਪਣਾ ਹਜੇ ਵੀ ਇਹ ਸੁਣਾਈ ਨਾ ਹੋਵੇ ਤੇ ਇਹੀ ਕੁਝ ਅਸੀਂ ਅੱਗੇ ਕਰਦੇ ਰਹਾਂਗੇ ਜੀ ਇਹ ਇਸੇ ਤਰ੍ਹਾਂ ਚੱਲਦਾ ਰਹੇਗਾ ਅਸੀਂ ਚਾਹੁੰਦੇ ਹਾਂ ਵੀ ਇਹ ਚੀਜ਼ਾਂ ਨਾ ਹੋਣ ਕਿਉਂਕਿ ਇਹ ਚੀਜ਼ਾਂ ਦੇ ਨਾਲ ਹੋਰ ਅੱਗੇ ਮੁਹਿੰਮ ਵੱਧਦਾ ਹੈ ਤੇ ਜਦੋਂ ਲੇਬਰ ਵੀ ਆ ਗਈ ਇੱਥੇ ਤਾਂ ਬਹੁਤ ਪਰੇਸ਼ਾਨੀ ਹੋਈ 2022 ਦੇ ਵਿੱਚ ਅਸੀਂ ਇਹਨਾਂ ਨੂੰ ਚਾਹੁੰਦੇ ਹਾਂ ਵੀ ਮੋਦੀ ਸਾਹਿਬ ਫਿਰ ਦੁਬਾਰਾ ਆ ਜਾਣ ਬਟ ਉਹਦੇ ਵਾਸਤੇ ਸਾਡੀ ਇੰਡਸਟਰੀ ਦੀ ਸੁਣਵਾਈ ਕਰਨ ਨਾ ਸੁਣਵਾਈ ਹੋਈ ਤੇ ਵੋਟਾਂ ਪਾਉਂਗੇ ਨਹੀਂ ਬਿਲਕੁਲ ਨਹੀਂ ਪਾਵਾਂਗੇ ਸਾਡਾ ਤਾਂ ਸਿਰਫ ਇੱਕੋ ਹੀ ਨਾਰਾ ਹੈ ਇੰਡਸਟਰੀ ਦਾ ਇੱਕ ਹੀ ਨਾਰਾ ਰੈਗੂਲੇਟਰੀ ਕਮਿਸ਼ਨ ਬਣਾਓ ਔਰ ਵੋਟ ਲੈ ਜਾਓ ਮੇਰਾ ਨਾਮ ਅਵਤਾਰ ਸਿੰਘ ਬੋਵਲ ਜੀ ਅੱਜ ਸਰ ਘੰਟੀਆਂ ਵਜਾਈਆਂ ਜਾਂਦੀਆਂ ਮੋਦੀ ਨੂੰ ਟਿੱਕਾ ਲਾ ਕੇ ਆਰਤੀ ਕੀਤੀ ਜਾ ਰਹੀ ਹੈ ਇਹ ਆਰਤੀ ਅੱਜ ਇਸ ਕਰਕੇ ਅਸੀਂ ਕੀਤੀ ਹੈ ਵੀ ਕਹਿੰਦੇ ਜਦੋਂ ਆਪਾਂ ਆਰਤੀ ਕਰਦੇ ਹਾਂ ਪ੍ਰਮਾਤਮਾ ਸਾਡੀ ਗੱਲ ਸੁਣਦਾ ਆ ਤੇ ਉਸ ਕਰਕੇ ਸਾਨੂੰ ਜੋ ਚਾਹੀਦਾ ਹੁੰਦਾ ਉਹ ਸਾਨੂੰ ਦਿੰਦਾ ਆ ਅੱਜ ਅਸੀਂ ਇਸੇ ਕਰਕੇ ਪੋਤੀ ਸਾਹਿਬ ਦੀ ਤੇ ਸ਼ਾਹ ਜੀ ਦੀ ਤੇ ਸਾਰਿਆਂ ਦੀ ਇਹਦੀ ਆਰਤੀ ਕਰ ਰਹੇ ਹਾਂ ਵੀ ਸਰਕਾਰ ਸਾਡੀ ਗੱਲ ਸੁਣੇ ਔਰ ਜਿਹੜੇ ਇੰਡਸਟਰੀ ਲਈ ਅੱਜ ਪਰੇਸ਼ਾਨ ਚੱਲ ਰਿਹਾ ਆ ਉਹਦੀ ਪਰੇਸ਼ਾਨੀ ਦੂਰ ਹੋਵੇ ਜਿਹੜੇ ਲੋਹੇ ਦੇ ਭਾਅ ਜਾਂ ਬਾਕੀ ਹੋਰ ਸਾਰੀਆਂ ਚੀਜ਼ਾਂ ਦੇ ਜਿਹੜੇ ਭਾਅ ਇੰਨੇ ਵਧੇ ਆ ਉਹਨਾਂ ਉੱਤੇ ਸਰਕਾਰ ਦਾ ਧਿਆਨ ਦਿਵਾਉਣ ਵਾਸਤੇ ਅਸੀਂ ਆਰਤੀ ਕੀਤੀ ਆ ਜਿੱਦਾਂ ਗੁਰਦੁਆਰੇ ਜਾਂ ਮੰਦਰ 'ਚ ਆਰਤੀ ਕੀਤੀ ਜਾਂਦੀ ਹੈ ਪਰਮਾਤਮਾ ਨੂੰ ਜਗਾਉਣ ਵਾਸਤੇ ਵੀ ਪਰਮਾਤਮਾ ਸਾਡੀ ਤੂੰ ਸੁੱਧ ਬੁੱਧ ਲੈ ਅਸੀਂ ਤੇਰੇ ਬੱਚੇ ਹਾਂ ਸਾਡੇ 'ਤੇ ਮਿਹਰ ਬੈ ਹੱਥ ਰੱਖ ਅੱਜ ਅਸੀਂ ਮੋਦੀ ਸਾਹਿਬ ਨੂੰ ਕਹਿੰਦੇ ਮੋਦੀ ਸਾਹਿਬ ਤੁਸੀਂ ਸਾਡੇ ਕੰਟਰੀ ਦੇ ਪ੍ਰਧਾਨ ਮੰਤਰੀ ਹੋ ਅਸੀਂ ਤੁਹਾਡੀ ਪ੍ਰਜਾ ਹਾਂ ਸਾਡਾ ਖਿਆਲ ਕਰੋ ਆਪਣੀ ਪ੍ਰਜਾ ਨੂੰ ਬਚਾਓ ਤਾਂ ਕਿ ਅਸੀਂ ਰਹੀਏ ਅਤੇ ਸਾਡਾ ਸਾਥ ਹੋਵੇ ਭਾਈ ਦੇ ਇਲੈਕਸ਼ਨ ਨੇੜੇ ਆ ਰਹੇ ਆ ਹਾਂਜੀ ਕੀ ਲੱਗਦਾ ਗਵਰਨਮੈਂਟ ਵਾਅਦੇ ਬੜੇ ਕਰਦੀ ਹੈ ਨਹੀਂ ਨਹੀਂ ਹਾਂ ਵਾਅਦੇ ਕਰਦੀ ਹੈ ਗਵਰਨਮੈਂਟ ਅਸੀਂ ਮੰਨਦੇ ਹਾਂ ਗਵਰਨਮੈਂਟ ਵਾਅਦੇ ਕਰਦੀ ਹੈ ਪਰ ਗਵਰਨਮੈਂਟ ਅਸੀਂ ਇਹੀ ਕਹਿਣਾ ਚਾਹੁੰਦੇ ਵੀ ਗਵਰਨਮੈਂਟ ਸਾਡੀ ਗੱਲ ਸੁਣੇ ਸਾਡਾ ਧਿਆਨ ਕਰੇ ਪੰਜਾਬ ਸਰਕਾਰ ਦੇ ਚੇਅਰਮੈਨ ਵੀ ਪਹੁੰਚੇ ਆ ਜੀ ਬਿਲਕੁਲ ਜੀ ਅਸੀਂ ਸਾਰੇ ਅਸੀਂ ਹਰ ਬੰਦੇ ਨੂੰ ਕਹਿ ਰਹੇ ਹਾਂ ਜਿਹੜਾ ਵੀ ਸਾਡੇ ਸੂਬੇ ਦੇ ਮੰਤਰੀ ਵੀ ਹੈਗੇ ਅਸੀਂ ਮੰਤਰੀ ਸਾਹਿਬਾਨਾਂ ਨੂੰ ਵੀ ਕਹਿ ਰਹੇ ਹਾਂ ਵੀ ਤੁਸੀਂ ਦੇਸ਼ ਦੀ ਆਵਾਜ਼ ਪਹੁੰਚਾਓ ਉਹਨੂੰ ਬਚਾਓ ਸਾਨੂੰ ਸਾਡੀ ਇੰਡਸਟਰੀ ਨੂੰ ਬਚਾਓ ਜੇ ਇੰਡਸਟਰੀ ਵਧੇਗੀ ਤਾਂ ਦੇਸ਼ ਵਧੇਗਾ ਇਸ ਕਰਕੇ ਅਸੀਂ ਹਰ ਬੰਦੇ ਨੂੰ ਕਹਿੰਦੇ ਹਾਂ ਵੀ ਤੁਸੀਂ ਸਾਡਾ ਸਾਥ ਦਿਓ ਅਤੇ ਦੇਸ਼ ਨੂੰ ਬਚਾਈਏ ਆਪਾਂ